ਨਾ ਚਿਤ ਫਿਰਤ ਮੂਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਈ ਕਰਤ ਹੈ ਚੰ드ਰਾ ਮਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋ ਨਰਾਜ ਭਾਵ ਭੂਮ ਕੋ ਭਰਤ ਹੈ सेव से तपस्वी आदि ब्रह्मा से ना बेदचारी सनत कुमार सी तपस्या ना अनत है ज्ञान के विहीन काल फास के अधीन सदा जुगन की चौकरी फिराए ई फिरत है पाठ आया है तपस्वी ਸੇਵ ਸੇ ਤਪਸੀ ਆਦ ਬ੍ਰਹਮਾ ਸੇ ਨਾ ਬੇਦ ਚਾਰੀ ਇਹਨੂੰ ਤਪਸੀ ਨਹੀਂ ਕਹਿ ਦੇਣਾ ਇਹਨੂੰ ਤਪਸੀ ਕਹਿਣਾ ਹੈ ਪੱਪੇ ਦੇ ਉੱਤੇ ਅਦਕ ਲਾ ਕੇ ਧਿਆਨ ਰੱਖਣਾ ਹੈ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ ਇਹਨੂੰ ਅਨੰਤ ਨਹੀਂ ਕਹਿਣਾ ਅਨੰਤ ਪਾਠ ਹੈ ਪੋਲਾ ਏਕ ਸੇਵ ਭਏ ਏਕ ਗਏ ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ અવਤਾਰ ਭੀ ਅਨੇਕ ਹੈ ਬ੍ਰਹਮਾ ਅਰ ਬੇਸਨ ਕੇਤੇ 베ਦ ਆਉ ਪੁਰਾਨ ਕੇਤੇ ਸਿਮਰਤ ਸਮੂਹਨ ਕੈ ਹੋਏ ਹੋਏ ਬਿਤਾਈ ਹੈ ਏਕ ਸਿਵ ਭਏ ਇਥੇ ਜਮਕ ਹੈ ਏਕ ਗਏ ਫਿਰ ਠਮਕ ਭਾਵ ਕੇ ਥੋੜਾ ਜਿ ਰੁਕਣਾ ਹੈ ਇਕ ਫੇਰ ਭਏ ਇੱਥੇ ਵਿਸਰਾਮ ਹੈ रामचंद्र कृष्ण ਕੇ ਇੱਥੇ ਫੇਰ ਠਮਕ ਭਾਵ ਕੇ ਜਮਕ ਥੋੜੀ ਜਈ ਅਵਤਾਰ ਭੀ ਅਨੇਕ ਹੈ ਪਬੇ ਬਿਹਾਰੀ ਭੀ ਪਾਠ ਆਵਦੀ ਸਮਝਦੇ ਹੀ ਹੋ ਸਿਮਰਤ ਸਮੂਹਨ ਕੈ ਹੋਏ ਹੋਏ ਬਿਤਾਏ ਹੈ ਬਿਤਾਏ ਪਾਠ ਕਹਿਣਾ ਹੈ ਚਾਲ ਦੇ ਹਿਸਾਬ ਨਾਲ ਬਿਤੇ ਨਹੀਂ ਕਹਿਣਾ ਹੈ ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅਨਸਾ ਅਵਤਾਰ ਕੇਤੇ ਕਾਲ ਬਸ ਭਈ ਹੈ ਪੀਰ ਆਉ ਪਿਕੰਬਰ ਕੇਤੇ ਗਨੇ ਨਾ ਪਰਤ ਇਤੇ ਧੂਮਹੀਤੇ ਹੋਇ ਕੈ ਫਿਰ ਧੂਮਹੀ ਮਿਲਾਈ ਹੈ ਪੀਰ ਆਉ ਪਿਕੰਬਰ ਕੇਤੇ ਪੀਰ ਬੋਲ ਕੇ ਐੜੇਕ ਨਵੜਾ ਆਓ ਤੇ ਪਿਕੰਬਰ ਇਹ ਪਾਠ ਈ ਦਾ ਹੈ ਕਿਤੇ ਤੇ ਵਿਸਰਾਮ ਹੈ ਇਸੇ ਤਰ੍ਹਾਂ ਫਿਰ ਭੂਮ ਹੀ ਮਿਲਾਏ ਹੈ ਮਿਲਾਏ ਪਾਠ ਪੜ੍ਹਨਾ ਹੈ ਜਿਵੇਂ ਬਤਾਏ ਪੜਿਆ ਹੈ ਏਦਾਂ ਹੀ ਇਹ ਪਾਠ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰੇ ਹੀ ਕੀ ਛਾਇਆ ਕਈ ਕੋਸ ਲਾਉ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਪ ਔਰ ਦਿਲੀਪ ਕੈਸੇ ਛਤਲ ਧਾਰੀ ਵੱਡੋ ਅਭਿਮਾਨ ਭੁਜ ਡੰਡ ਕੋ ਕਰਤ ਹੈ ਦਾਰਸੇ ਦਿਲੀ ਸਰ ਦਰਜੋਦਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸੁਪਾਠ ਹੈ ਮਾਨਸੇ ਮਹੀਪ ਆਓ ਦਲੀਪ ਕੈਸੇ ਛਤਰਤਾਰੀ ਆਓ ਪਾਠ ਫੇਰ ਆਇਆ ਹੈ ਦਲੀਪ ਇਹ ਦੱਦੇ ਦੇ ਸ਼ਾਇਰੀ ਦਾ ਵੀ ਧਿਆਨ ਰੱਖਣਾ ਹੈ ਛਤਰਤਾਰੀ ਇਹ ਪਾਠ ਇਦਾਂ ਹੈ ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨਤਾਰੀ ਦਲੀਸ਼ਰ ਪਾਠ ਹੈ ਦਿੱਲੀ ਸਰ ਵਖਰਾ ਵਖਰਾ ਨਹੀਂ ਕਹਿ ਦੇਣਾ ਹੈ ਦਲੀਸ਼ਰ ਦੁਰਯੋਧਨ ਦਦੇ ਦੇ ਪੈਰ ਵਿੱਚ ਰਾਰਾ ਤੇ ਔਂਕੜ ਹੈ ਔਂਕੜ ਨੇ ਰਾਰੇ ਨੂੰ ਤਾਂ ਨੂੰ ਵਾਜ ਦੇਣੀ ਹੈ ਦੁਰਯੋਧਨ ਜਲਦੀ ਨਾਲ ਪੜ ਦੇਣਾ ਹੈ ਇਸੇ ਤਰ੍ਹਾਂ ਮਾਨਤਾਰੀ ਉੱਤੇ ਵਿਸਰਾਮ ਹੈ ਸੱਜ ਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕਾਓ ਕਹਾ ਭਇਓ ਮਲ ਜਾਓ ਪੈ ਕਾਡਤ ਅਨੇਕ ਡੰਡ ਸੋ ਤਉ ਨਾ ਡੰਡਾਉਤ ਅਸਟਾਂਗ ਅਥਤੀਸ ਕਾਓ ਇਸੇ ਤਰ੍ਹਾਂ ਪਾਠ ਹੈ ਤੋਪਚੀ ਕਪਟ ਭੇਸ ਇਹ ਕਪਟ ਪਾਠ ਹੈ ਨੂੰ ਕਪਟ ਨਹੀਂ ਕਹਿਣਾ ਹੈ ਕਈ ਗਲਤੀ ਨਾਲ ਬੋਲ ਦਿੰਦੇ ਹਨ ਕਹਾ ਭਯੋ ਮਲ ਜਾਓ ਪੈ ਜਾਓ ਪਾਠ ਹੈ ਪੈ ਦੇ ਉਤੇ ਜਮਕ ਹੈ ਕਾਡਤ ਅਨੇਕ ਡੰਡ ਇਥੇ ਵਿਸਰਾਮ ਸੋ ਤਉ ਨਾ ਡੰਡਾਉਤ ਨਖੇੜ ਕੇ ਪਾਠ ਕਰਨਾ ਹੈ ਕੱਲਾ ਕੱਲਾ ਅਸਟਾਂਗ ਅਥ 30 ਕਾਓ ਇਹਦਾ ਧਿਆਨ ਰੱਖਣਾ ਹੈ ਅਸਟਾਂਗ ਅਥ 30 ਅਥ 30 ਇਕੱਠਾ ਪੜ ਦੇਣਾ ਹੈ ਕਉ ਕਣੌੜੇ ਦੇ ਨਾਲ ਹੈ ਕਹਾ ਭਇਓ ਰੋਗੀ ਜੋ ਪੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨ ਮੂੜ ਨਹਿਰਾਇਓ ਆਦ ਈਸ ਕਉ ਕਾਮਨਾ ਅਦੀਨ ਸਦਾ ਦਾਮਨ ਪ੍ਰਬੀਨ ਏਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ ਕਉ ਸੀਸ ਪਟਕਤ ਜਾਕੇ ਕਾਨ ਮੈਂ ਖਜੂਰਾ ਧਸੈ ਮੂੰਡ ਛਟਕਤ ਮਿਤ੍ਰ ਪੁੱਤਰ ਹੂੰ ਕੇ ਸੋਕ ਸਾਉ ਆਕ ਕੋ ਚਰਇਆ ਫਲ ਫੂਲ ਕੋ ਪਛਇਆ ਸਦਾ ਬਨ ਕਉ ਪਰਮਇਆ ਔਰ ਦੂਸਰੋ ਨਾ ਬੋਕ ਸਾਉ ਪਾਠ ਹੈ ਸੀਸ ਪਟਕਤ ਪਟਕਤ ਪਾਠ ਹੈ ਜਾ ਕੇ ਕਾਨ ਮੈਂ ਖਜੂਰਾ ਤਸੈ ਮੈਂ ਪਾਠ ਬਿੰਦੀ ਤੋਂ ਬਿਨਾ ਹੈ ਤਸੈ ਦੇ ਉੱਤੇ ਵਿਸਰਾਮ ਹੈ ਮੂੰਡ ਛਟਕਤ ਇਹਦਾ ਧਿਆਨ ਰੱਖਣਾ ਹੈ ਇਹਨੂੰ ਛਟਕਤ ਜਾਂ ਹੋਰ ਕੁਝ ਨਹੀਂ ਕਹਿ ਦੇਣਾ ਇਸੇ ਤਰ੍ਹਾਂ ਆਕ ਕੋ ਚਰਯਾ ਫਲ ਫੂਲ ਕੋ ਪਛਈਆ ਸਦਾ ਬਨ ਕਾਓ ਪਰਮਈਆ ਔਰ ਦੂਸਰੋ ਨਾ ਬੋਕ ਸਾਓ ਇਹ ਪਾਠ ਪਰਮਈਆ ਵੀ ਆਪ ਜੀ ਨੇ ਸਮਝਿਆ ਹੀ ਹੈ ਇਸੇ ਤਰ੍ਹਾਂ ਪਛਈਆ ਤੇ ਚਰਈਆ ਵੀ ਉਦਾਂ ਹੀ ਹਨ ਕਹਾ ਪਇਓ ਪੀੜ ਜੋ ਘਸਤ ਸੀਸ ਬ੍ਰਿਸ਼ਣ ਸਉ ਮਾਟੀ ਕੋ ਪਛਈਆ ਬੋਲ ਪੂਛ ਲੀਜੈ ਜੋਕ ਸਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਇਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸਉ ਨਾਚਿ ਹੋਈ ਕਰਤ ਮੂਰ ਦાદਰ ਕਰਤ ਸੋਰ ਸਦਾ ਘਣ ਘੋਰ ਘਣ ਕਰਿਓਈ ਕਰਤ ਹੈ ਇਕ ਪਏ ਠਾਡੇ ਸਦਾ ਬਨ ਮੈਂ ਰਹਤ ਬ੍ਰਿਛ ਹੂਕਾ ਭੂਕ ਭਾਵ ਭੂਮ ਸਰਾਵਗ ਤਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈ ਨਾ ਹੂਜੈ ਲੀਨ ਭਾਵਨਾ ਯਕੀਨ ਦੀਨ ਕੈਸੇ ਕਹਿ ਤਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਹੋਜੈ ਲੀਨ ਇਹ ਵਖਰੇ ਵਖਰੇ ਪਾਠਾਂ ਦਾ ਧਿਆਨ ਰੱਖਣਾ ਹੈ ਭਾਵਨਾ ਯਕੀਨ ਦੀਨ ਯਕੀਨ ਕਹਿਣਾ ਹੈ ਨੂੰ ਜੱਜਾ ਲਾ ਕੇ ਯਕੀਨ ਨਹੀਂ ਕਹਿ ਦੇਣਾ ਹੈ ਵੀ ਧਿਆਨ ਰੱਖਣਾ ਹੈ ਜੈਸੇ ਇੱਕ ਸਵੰਗੀ ਕਾਹੋ ਜੋਗਿਆ ਬੈਰਾਗੀ ਬਨੈ ਕਾਹੂੰ ਸੰਨਿਆਸ ਭੀਸ ਬਨ ਕਹਿ ਦਿਖਾਵਈ ਕਾਹੂੰ ਪਾਉਨ ਹਰੀ ਕਾਹੂੰ ਬੈਠੇ ਲਾਇ ਤਾਰੀ ਕਾਹੂੰ ਲੋਭ ਕੀ ਖਮਾਰੀ ਸੋ ਅਨੇਕ ਗੁਨ ਗਾਵਈ ਇਸੇ ਤਰ੍ਹਾਂ ਪਾਠ ਹੈ ਜੈਸੇ ਇੱਕ ਸਵਾਂਗੀ ਕਾਹੂੰ ਜੋਗੀ ਆ ਬੈਰਾਗੀ ਬਨੈ ਸਵਾਂਗੀ ਪਾਠ ਹੈ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਵੀ ਆਉਂਦਾ ਹੈ ਕਈ ਵਾਰੀ ਦੱਸਿਆ ਹੈ ਕਿ ਜੇ ਇਹਨੂੰ ਇਦਾਂ ਹੀ ਬੋਲ ਦੇਵਾਂਗੇ ਤੇ ਵਧੀਆ ਹੈ ਸੋ ਇਸੇ ਤਰ੍ਹਾਂ ਬੋਲਣਾ ਹੈ ਤੇ ਧਿਆਨ ਰੱਖਣਾ ਹੈ ਦਿਖਾਵਈ ਇਹਨੂੰ ਦਿਖਾਵੀ ਨਹੀਂ ਕਹਿਣਾ ਹੈ ਵਈ ਪਾਠ ਬੋਲਣਾ ਹੈ ਅਖੀਰ ਦੇ ਵਿੱਚ ਇਹ ਹਰੇਕ ਪੰਕਤੀ ਦੇ ਅਖੀਰ 'ਚ ਇਦਾਂ ਹੀ ਹੈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੈ ਲੋਗਨ ਪਰਮਾਵਈ ਕਾਮਨਾ ਅਧੀਨ ਪਰਉ ਨਾਚਿਤ ਹੈ ਨਾਚਨ ਸਉ ਗਿਆਨ ਕੇ ਬਹਿਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਆਉ ਗਦਹਾ ਅਨੇਕ ਦਾ ਪੁਕਾਰ ਹੀ ਅਹ ਭਇਓ ਜੋ ਪੈ ਕਲਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰਟ ਕੁਠਾਰਨ ਸਉ ਮਾਰਹੀ ਸੁ ਪਾਠ ਬੋਲਣਾ ਹੈ ਕਹਾ ਭਇਓ ਜੋ ਪੈ ਕਲਵਤਰ ਲਿਓ ਕਾਂਸੀ ਵਿੱਚ ਇਹ ਪਾਠ ਵਾਵੇ ਦੇ ਉਤੇ ਅਦਕ ਦੇ ਨਾਲ ਕਸ ਕੇ ਬੋਲਣਾ ਹੈ ਕਲਵਤਰ ਲਿਓ ਕਾਂਸੀ ਵਿੱਚ ਫਿਰ ਸੁੱਧ ਹੋਵੇਗਾ कहा पयो फांसी डार ओ जड़ गंग तार डार डार ठग मार मार डार ही डूबे नरक तार मूढ़ ज्ञान के बिना विचार भावना विहीन कैसे ज्ञान को विचार ही डूबे नरक तार मूढ़ ज्ञान के बिना विचार ਮੂੜ ਇਹ ਵੀ ਕਸ ਕੇ ਬੋਲਣਾ ਹੈ ਤਾਪ ਕੇ ਸਾਹੇ ਤੇ ਜੋ ਪਾਈਐ ਆਤਾਪ ਨਾਥ ਤਾਪਨਾ ਅਨੇਕ ਤਨ ਕਾਇਲ ਸਹਿਤ ਹੈ ਜਾਪ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ਤਾਪ ਕੇ ਸਹੇਤੇ ਜੋ ਪੈ ਪਾਇਆ ਆਤਾਪ ਨਾਥ ਨਖੇੜ ਨਖੇੜ ਕੇ ਬੋਲਾਂਗੇ ਤਾਂ ਚਾਲ ਬਣੇਗੀ ਤੇ ਪਾਠ ਸੁੱਧ ਹੋਵੇਗਾ ਜੇ ਇਕੱਠਾ ਹੀ ਕਰ ਦਿੱਤਾ ਤਾਪ ਕੇ ਸਹੇਤੇ ਜੋ ਪੈ ਪਾਇਆ ਆਤਾਪ ਨਾਥ ਕਈ ਦਾਂ ਪੜ ਜਾਂਦੇ ਹਨ ਕਾਲੀ ਕਰਦੇ ਹਨ ਸੋ ਕਾਲੀ ਨਹੀਂ ਕਰਨੀ ਹੈ ਚਾਲ ਦੇ ਹਿਸਾਬ ਨਾਲ ਪਾਠ ਪੜਨਾ ਹੈ ਜਾਪ ਕੇ ਕੀਏ ਤੇ ਜੋ ਪੈ ਪਾਇਤ ਆਜਾਪ ਦੇਵ ਪਾਇਤ ਪਾਠ ਜਿਹੜਾ ਹੈ ਇਹਨੂੰ ਪਾਇਤ ਨਹੀਂ ਕਹਿਣਾ ਹੈ ਨਭ ਕੇ ਉਡੇਤੇ ਜੋ ਪੈ ਨਾਰਾਇਣ ਪਾਇਤ ਅਨਲ ਅਕਾਸ ਪੰਛੀ ਡੋਲਬ ਕਰਤ ਹੈ ਆਗ ਮੈਂ ਜਰੇਤੇ ਗਤ ਰਾंड ਕੀ ਪਰਤ ਕਰ ਪਤਾਲ ਕੇ ਵਾਸੀ ਕਿਉ ਉਜੰਗ ਨ ਤਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਇਤ ਇਥੇ ਮਹਾਰਾਏ ਨੇ ਈੜੀ ਬਿਹਾਰੀ ਦੀ ਵਰਤੋਂ ਕੀਤੀ ਹੈ ਸੋ ਸਪਸ਼ਟ ਦਿਖ ਰਿਹਾ ਹੈ ਕਿ ਪਾਇਤ ਪਾਠ ਹੈ ਅਨਲ ਆਕਾਸ਼ ਪੰਛੀ ਡੋਲਬੋ ਕਰਤ ਹੈ ਇਸ ਤਰ੍ਹਾਂ ਇਹ ਪਾਠ ਹੈ ਕੋਉ ਭਯੋ ਮੁੰਡਿਆ ਸੰਿਆਸੀ ਕੋਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤੀ ਅਨਮਾਨਬੋ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਕਉ ਭਇਓ ਮੰਡਿਆ ਸੰਨਿਆਸੀ ਕਉ ਜੋਗੀ ਭਇਓ ਕਉ ਪਾਠ ਜਿਹੜਾ ਹੈ ਨੂੰ ਕਉ ਨਹੀਂ ਕਹਿਣਾ ਹੈ ਕਉ ਇਹ ਪਾਠ ਇਦਾਂ ਹੈ ਨਖੇੜ ਕੇ ਤੇ ਇਕਠਾ ਪੜਾਂਗੇ ਤਾਂ ਕੋਊ ਬਣਦਾ ਹੈ ਕੋਊ ਭਇਓ ਮੰਡਿਆ ਸੰਤਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨ ਬੋ ਨੰਨੇ ਦੇ ਪੈਰ ਵਿੱਚ ਝੋਂਕੜ ਹੈ ਦੀ ਵਾਜ ਦੇਣੀ ਹੈ ਇਸੇ ਤਰ੍ਹਾਂ ਮਾਨਸਕੀ ਜਾਤ ਸਭੈ ਇਹ ਪਾਠ ਪੋਲਾ ਹੈ ਬੱਬੇ ਦੇ ਨਾਲ ਇੱਥੇ ਜਮਕ ਹੈ ਏ ਕਹ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਨ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕ ਜੋਤ ਜਾਨ ਬੋ ਦੇਹ ਰਾਮ ਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ ਦੇਵਤਾ ਅਦੇਵ ਜਾਛ ਗੰਦਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ਸੋਗੇ ਬਾਠ ਹੈ ਦੇਵਤਾ ਅਦੇਵ ਜਾਛ ਗੰਦਰਬ ਤੁਰਕ ਹਿੰਦੂ ਇਥੇ ਵਿਸਰਾਮ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਦੇਵਤਾ ਅਦੇਵ ਜਛ ਇੱਥੇ ਜਮਕ ਹੈ ਹਿੰਦੂ ਦੇ ਉਤੇ ਵਿਸਰਾਮ ਹੈ ਬਾਕੀ ਪਾਠ ਆਪ ਜੀ ਨੇ ਉਦਾਂ ਸਿ ਪੜ੍ਹਨਾ ਹੈ ਇਕ ਨੈਨ ਇਕ ਕਾਨ ਇਕ ਦੇਹ ਇਕ ਬਾਨ ਖਾਕ ਬਾਦ ਆਤਸ ਆਉ ਆਪ ਕੋ ਰਲਾਉ ਹੈ ਅੱਲਾਹ ਹੈ ਅਪੀਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭ ਏਕ ਹੀ ਬਨਾਉ ਹੈ ਸੇ ਸਿਤਰਾ ਇਕੈ ਨੈਣ ਇਕੈ ਕਾਨ ਇਕੈ ਦੇਹ ਇਕੈ ਬਾਨ ਇਥੇ ਵਿਸਰਾਮ ਖਾਕ ਬਾਦ ਆਤਸ ਆਉ ਆਪ ਕੋਰ ਲਾਉ ਹੈ ਆਤਸ ਨਹੀਂ ਕਹਿਣਾ ਹੈ ਆਤਸ ਪਾਠ ਪੋਲਾ ਹੈ ਆਉ ਪਾਠ ਇਦਾਂ ਹੀ ਹੈ ਆਪ ਕੋ ਰਲਾਉ ਹੈ ਜੈਸੇ ਏਕ ਆਗਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਹੇਗੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰ ਹੈ ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਗੇ ਜੈਸੇ ਏਕ ਨਾਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇਗੇ ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਗੇ ਕਿਤੇ ਕਾਛ ਮੱਛ ਕਿਤੇ ਉਨ ਕਉ ਕਰਤ ਪਛਿ ਕਿਤੇ ਅਛ ਵੱਛ ਹੋਏ ਸਪਛ ਉਡ ਜਾਹਗੇ ਕਿਤੇ ਨਬ ਬੀਚ ਅਛ ਪਛ ਕਉ ਕਰਾਂਗੇ ਪਛ ਕਿਤੇ ਪ੍ਰਤਛ ਹੋਏ ਪਚਾਏ ਖਾਏ ਜਾਹਗੇ ਕਿਤੇ ਕਾਛ ਮੱਛ ਕਿਤੇ ਉਨ ਕਉ ਕਰਤ ਪਛ ਕੇਤੇ ਅਛ ਵਛ ਹੋਏ ਸਪੱਛ ਉਡ ਜਾਹੇਗੇ ਇਹ ਵਿਸਰਾਮਾਂ ਦਾ ਜਮਕਾਂ ਦਾ ਧਿਆਨ ਰੱਖਣਾ ਹੈ ਇਸ ਤਰ੍ਹਾਂ ਨਹੀਂ ਪੜ੍ਹਨਾ ਵੀ ਕੇਤੇ ਕਛ ਮਛ ਕੇਤੇ ਉਹਨ ਕਉ ਕਰਤ ਪਛ ਨਹੀਂ ਕੇਤੇ ਕਛ ਮਛ ਕੇਤੇ ਉਹਨ ਕਉ ਕਰਤ ਪਛ ਇੱਥੇ ਵਿਸਰਾਮ ਹੈ ਬੜੇ ਧਿਆਨ ਨਾਲ ਵਿਸਰਾਮ ਤੇ ਜਮਕੀਆਂ ਦਾ ਧਿਆਨ ਰੱਖਣਾ ਹੈ ਜਲ ਕਹ ਥਲ ਕਹ ਗगन ਕੇ ਗਉਨ ਕਹ ਕਾਲ ਕੇ ਬਨਾਏ ਸਭੈ ਕਾਲ ਹੀ ਚਬਾਹੇਗੇ ਤੇਜ ਜਿਉ ਅਤੇਜ ਮੈ ਅਤੇਜ ਜੈ ਸਿ ਤੇਜ ਲੀਨ ਤਾਹਿਕ ਤੇ ਉਪਜ ਸਭੈ ਤਾਹੀ ਮੈ ਸਮਾਹੇਗੇ ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁੱਬਤ ਕੇਤੇ ਆਗ ਮੈਂ ਜਰਤ ਹੈ ਕੇਤੇ ਗੰਗਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੀਤਕ ਉਦਾਸੀ ਕੇ ਪਰਮਾਏ ਈ ਫਿਰਤ ਹੈ ਕੇਤੇ ਗੰਗਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਮੱਕਾ ਪਾਠ ਕਰਸ ਕੇ ਹੈ ਅਦਕ ਦੇ ਨਾਲ ਬਲਣਾ ਹੈ करवत सहत केते भूम मै गढ़त के, में गड़त के सुआ सूआ पै चढ़त के दुख कौ परत है गैन मैं उड़त केते जल मै रहत केते ज्ञान के बिहीन जक जारे ई मरत है आया है करवात सहत केते ਪੂਮ ਮੈਂ ਗੜਦ ਕੇਤੇ ਸੂਆ ਪੈ ਚੜਤ ਕੇਤੇ ਦੂਖ ਕਉ ਭਰਤ ਹੈ ਇਹ ਵੀ ਪਾਠ ਕਰਵਾਤੇ ਹੀ ਬੋਲਣਾ ਹੈ ਕਰਵਤ ਸਹਿਤ ਕੇਤੇ ਵੈਸੇ ਤਾਂ ਪਾਠ ਕਰਵਤ ਹੈ ਕਰਵਤ ਭਲਾ ਨਾ ਕਰਵਟ ਤੇਰੀ ਬਹੁਤਾ ਵੱਖਰਾ ਵੱਖਰਾ ਨਹੀਂ ਕਰਨਾ ਵੀ ਕਰਵਤ ਇਹ ਵੀ ਗਲਤ ਹੈ ਕਰਵਤ ਸਹਿਤ ਕੇਤੇ ਪੂਮ ਮੈਂ ਗੜਦ ਕੇਤੇ ਚੜਤ ਭਾਰਾ ਕਰਕੇ ਬੋਲਣਾ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਚੂਆਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੁਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਬ ਵਜਾਏ ਹਾਰੇ ਕਿੰਨਰ ਸਭ ਪਾਚੇ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ ਸੋ ਬਾਠ ਹੈ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮਟ ਇਹ ਬਾਠ ਗਾਹ ਹਾਰੇ ਨਹੀਂ ਕਹਿਣਾ ਗਾਹ ਇਹ ਹਹਾ ਵਖਰਾ ਹੈ ਤੇ ਹਾਰੇ ਦਾ ਵਖਰਾ ਹੈ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮਟ ਮੜੀ ਪਾਠ ਭਾਰਾ ਕਰਕੇ ਬੋਲਣਾ ਹੈ ਕਸਕੇ ਸੇ ਸੇ ਤਰਾਂ ਗਾਏ ਹਾਰੇ ਗੰਦਰਬ বাজਾਏ ਹਾਰੇ ਕਿੰਨਰ ਸਭ ਕਿੰਨਰ ਪਾਠ ਟਿੱਪੀ ਦੇ ਨਾਲ ਹੈ ਨੱਕ ਚ ਆਵਾਜ਼ ਆਉਣੀ ਚਾਹੀਦੀ ਹੈ ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਸਵੇਸਤਰਾਂ ਇਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਅਗਲਾ ਪਾਠ ਆਪ ਜੀ ਅਗਲੀਆਂ ਭਾਗਾਂ ਵਿੱਚ ਸਰਵਣ ਕਰੋਗੇ ਆਓ ਖੀਲੀਆਂ ਬਾਣੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ ਗਾਏ ਹਾਰੇ ਗੰਧਰਬ ਵਜਾਏ ਹਾਰੇ ਕਿੰਨਰ ਸਭ ਪਾਚੇ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ